नर्सिंग प्रोफेशन बारे गल करनी है जी अज की आपां वीडियो दे विच। ये जिहड़ा नर्सिंग का प्रोफेशन आ ये बहुत ही ट्रेंडिंग दे विच आ, कैनेडा दे विच बहुत ही डिमांड दे विच आ, ते जित्थों तक सुणिया भी यह पे भी बहुत वधिया करदा वा। अज अपने नाल हैगे ने दलजीत गरेवाल जी, ते ये कैनेडा दे विच रजिस्टर्ड नर्स ने, ते तुसीं आपदे बारे पहला माड़ा जिहा दसो। सत श्री अकाल सारयां नूं, मेरा नाम दलजीत कौर आ ते मैं कैनेडा दे विच रजिस्टर्ड नर्स हाँ, ते करंटली मैं कैनेडा दे हॉस्पिटल दे विच जॉब कर रही हाँ इन ओंटेरियो प्रोविंस। ते आपां जे गल करिए, आपां सब तो पहला सैलरी की गल करते हैं। हाँ जी, ते जे कोई बच्चा जां स्टूडेंट नर्स बनता वा तो उहदी किन्नी कि सैलरी अपने उरे ओंटेरियो कैनेडा दे विच? ओके, सो डिपेंड करता जी तुसीं केड़ी नर्स हो, आर पी एन ओ या आर एन ओ, तो आर पी एन तो आर एन की सैलरी दे विच डिफरेंस किन्ना कु हुंदा आ। सो डिपेंड करता भी तुसीं केड़ी प्रोविंस दे विच जॉब कर रहे हो, तो ओंटेरियो दे विच जिहड़ी आर पी एन की एवरेज सैलरी आ वह 40+ डॉलर आ पर आवर, तो जिहड़ी आर एन की आ वह 50+ डॉलर पर आवर आ। ਇਹ ਆਪਾਂ ਐਵਰੇਜ ਦੀ ਗੱਲ ਕਰ ਰਹੇ ਹਾਂ। ਹਾਂਜੀ, ਕਿਉਂਕਿ ਮੈਂ ਸੁਣਿਆ ਵੀ ਸਟਾਰਟਿੰਗ ਇਹਦੀ ਲਾਈਕ $30 ਤੋਂ ਵੀ ਹੁੰਦੀ ਹੈ ਆਰ ਪੀ ਐਨ ਦੀ। ਹਾਂਜੀ, ਇੱਦਾਂ ਦਾ ਅਲੱਗ ਅਲੱਗ ਆ, ਹੈ ਨਾ? ਇਹ ਅਲੱਗ ਅਲੱਗ ਆ। ਹਾਂਜੀ, ਮਤਲਬ ਹਲੇ ਹਰ ਇੱਕ ਪ੍ਰੋਵਿੰਸ ਦੇ ਵਿੱਚ ਬਿਲਕੁਲ ਹੀ ਡਿਫਰੈਂਟ ਸੈਲਰੀ ਆ, ਕਿਉਂਕਿ ਸਾਡੇ ਨਾ ਇੱਕ ਮਤਲਬ ਫੈਮਿਲੀ ਕਹਿ ਲਓ ਰਿਲੇਸ਼ਨ ਹੀ ਆ ਇੱਕ, ਉਹ ਕੈਲੀਫੋਰਨੀਆ ਦੇ ਵਿੱਚ ਨਰਸ ਨੇ। ਹਾਂਜੀ, ਅਤੇ ਉਹ $120-125 ਪਰ ਘੰਟਾ $ ਉਹ ਲੈ ਰਹੇ ਨੇ ਉੱਥੇ। ਹਾਂਜੀ, ਇਟਸ ਟਰੂ, ਆਸਟ੍ਰੇਲੀਆ ਅਤੇ ਅਮੈਰੀਕਾ 'ਚ 100+ ਵੀ ਨਰਸਿਸ ਕਮਾਉਂਦੀਆਂ ਨੇ, ਅਤੇ ਤੁਸੀਂ ਸੋਚੋ ਜੇ ਓਵਰ ਟਾਈਮ ਹੁੰਦਾ ਉਹ $150-$200 ਵੀ ਜਾਂਦੀ ਆ ਪਰ ਆਵਰ। ਮੈਨੂੰ ਲੱਗਦਾ ਅਸੀਂ ਗਲਤ ਪੜ੍ਹਾਈ ਕਰ ਲਈ, ਨਰਸਿੰਗ ਕਰਨੀ ਪੈਣੀ ਆ। ਅਤੇ ਤੁਸੀਂ ਹੁਣ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ। ਨਾਓ ਇਟਸ ਟੂ ਲੇਟ, ਇਟਸ ਟੂ ਲੇਟ। ਅਤੇ ਜੇ ਆਪਾਂ ਗੱਲ ਕਰੀਏ ਵੀ ਇਹਦੇ ਵਿੱਚ ਕਿਹੜੇ ਕਿਹੜੇ ਕੋਰਸਿਸ ਨੇ, ਮੰਨ ਲਓ ਮੈਂ ਨਰਸ ਬਣਨਾ, ਮੰਨ ਲਓ ਮੈਂ ਜਿਹੜਾ ਤੁਸੀਂ ਬਣੇ ਹੋ ਅੱਜ ਰਜਿਸਟਰਡ ਨਰਸ ਹੋ, ਜਾਂ ਮੈਂ ਆਰ ਪੀ ਐਨ ਮੈਂ ਉਹ ਬਣਨਾ ਚਾਹੁੰਦਾ, ਉਹਦੇ ਵਾਸਤੇ ਮੈਨੂੰ ਲਾਈਕ ਪੜ੍ਹਾਈ ਕੀ ਚਾਹੀਦੀ ਆ? ਸੋ ਜੇ ਤੁਸੀਂ ਕੈਨੇਡਾ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹੋ ਨਰਸਿੰਗ ਦੀ, ਤਾਂ ਤੁਹਾਨੂੰ ਦੋ ਤਰ੍ਹਾਂ ਦੀਆਂ ਨਰਸਿਸ ਹੁੰਦੀਆਂ, ਜਿਵੇਂ ਕਿ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਆਰ ਪੀ ਐਨ, ਅਤੇ ਆਰ ਪੀ ਐਨ ਦੀ ਜਿਹੜੀ ਸਟੱਡੀ ਹੁੰਦੀ ਆ ਉਹ 2 ਸਾਲ ਦੀ ਹੁੰਦੀ ਆ ਵਿਚ ਇਜ਼ ਡਿਪਲੋਮਾ, ਅਤੇ ਜਿਹੜੀ ਆਰ ਐਨ ਦੀ ਸਟੱਡੀ ਹੁੰਦੀ ਆ ਉਹ 4 ਸਾਲ ਦੀ ਹੁੰਦੀ ਆ, ਜੋ ਕਿ ਨਰਸਿੰਗ ਡਿਗਰੀ ਹੁੰਦੀ ਆ। ਇੱਕ ਐਲ ਪੀ ਐਨ ਕਹਿੰਦੇ, ਉਹ ਵੀ ਆਰ ਪੀ ਐਨ ਦੇ ਵਾਂਗੂ ਹੀ ਹੁੰਦਾ, 2 ਸਾਲ ਦੀ ਸਟੱਡੀ? ਆਰ ਪੀ ਐਨ ਨੂੰ ਅਮਰੀਕਾ ਦੇ ਵਿੱਚ ਐਲ ਪੀ ਐਨ ਕਹਿ ਦਿੰਦੇ ਆ, ਸੋ ਇਟਸ ਸੇਮ। ਓਕੇ ਓਕੇ ਹਾਂਜੀ, ਠੀਕ ਆ ਜੀ। ਅਤੇ ਜਿਹੜੀ ਸਟੱਡੀ ਕਰਨ ਤੋਂ ਬਾਅਦ ਹੀ ਤੁਹਾਨੂੰ ਡਾਇਰੈਕਟ ਲਾਇਸੈਂਸ ਨਹੀਂ ਮਿਲ ਜਾਂਦਾ, ਮਤਲਬ ਸਟੱਡੀ ਇੱਕ ਵਨ ਆਫ ਦਾ ਰਿਕੁਆਇਰਮੈਂਟ ਆ ਕਿ ਤੁਹਾਨੂੰ ਨਰਸ ਬਣਨ ਲਈ ਇਹ ਸਟੱਡੀ ਕਰਨੀ ਪੈਣੀ ਆ, ਅਤੇ ਉਸ ਤੋਂ ਬਾਅਦ ਲਾਇਸੈਂਸ ਲੈਣ ਲਈ ਤੁਹਾਨੂੰ ਐਗਜ਼ਾਮ ਦੇਣਾ ਪੈਂਦਾ। ਆਰ ਪੀ ਐਨਜ਼ ਲਈ ਜਿਹੜਾ ਐਗਜ਼ਾਮ ਹੁੰਦਾ ਉਹ ਰੈਕਸ ਪੀ ਐਨ ਹੁੰਦਾ, ਅਤੇ ਆਰ ਐਨਜ਼ ਲਈ ਐਨਕਲੈਕਸ ਐਗਜ਼ਾਮ ਹੁੰਦਾ। ਅਤੇ ਜਿਹੜੇ ਦੋਨੋਂ ਐਗਜ਼ਾਮਸ ਨੇ ਉਹਨਾਂ ਦੀ ਮੈਂ ਕੋਚਿੰਗ ਕਲਾਸਿਸ ਵੀ ਪ੍ਰੋਵਾਈਡ ਕਰਦੀ ਹਾਂ, ਅਤੇ ਉਸ ਤੋਂ ਇਲਾਵਾ ਜੇ ਕਿਸੇ ਨੇ ਐਲੀਜੀਬਿਲਟੀ ਐਪਲੀਕੇਸ਼ਨ ਅਪਲਾਈ ਕਰਵਾਉਣੀਆਂ ਜਾਂ ਹੋਰ ਕੋਈ ਵੀ ਰਿਕੁਆਇਰਮੈਂਟਸ ਹੁੰਦੀਆਂ, ਮਤਲਬ ਬਹੁਤ ਸਾਰੀਆਂ ਰਿਕੁਆਇਰਮੈਂਟਸ ਹੁੰਦੀਆਂ ਥਰੂ ਆਊਟ ਦਾ ਪ੍ਰੋਸੈਸ, ਅਤੇ ਮੈਂ ਉਹਦੇ ਵਿੱਚ ਵੀ ਹੈਲਪ ਕਰਦੀ ਹਾਂ। ਸੋ ਮੈਂ ਤੁਹਾਨੂੰ ਸਿੱਧਾ ਸਮਝਾ ਦਿੰਦਾ ਵੀ ਜਦੋਂ ਤੁਸੀਂ ਇਹ 2 ਸਾਲ ਵਾਲਾ ਅਤੇ 4 ਸਾਲ ਵਾਲਾ ਕੋਰਸ ਕਰ ਲਿਆ, ਉਦੋਂ ਬਾਅਦ 'ਚ ਟੈਸਟ ਲਿਖਣਾ ਪੈਂਦਾ ਵਾ, ਦੋਨਾਂ ਦਾ ਅਲੱਗ ਅਲੱਗ ਟੈਸਟ ਆ ਜੇ ਤੁਸੀਂ ਨਰਸ ਬਣਨਾ ਵਾ। ਸੋ ਇਹ ਉਹ ਟੈਸਟ ਦੀ ਤਿਆਰੀ, ਪ੍ਰੈਪਰੇਸ਼ਨ, ਉਹਦੇ ਵਾਸਤੇ ਜਿਹੜੇ ਫਾਰਮ ਚਾਹੀਦੇ ਨੇ, ਜਿੱਦਾਂ ਵੀ ਭਰਨਾ ਵਾ, ਲੈਂਗੁਏਜ ਪ੍ਰੋਫੀਸ਼ੀਐਂਸੀ, ਕਾਫੀ ਕੁਝ ਹੁੰਦਾ ਉਹਦੇ ਵਿੱਚ, ਇਹ ਸਾਰਾ ਕੁਝ ਇਹ ਤੁਹਾਡਾ ਕਰਵਾ ਕੇ ਦੇਣਗੇ। ਇਹਨਾਂ ਦਾ ਮੈਂ ਫੋਨ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਾ, ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਸਕਰੀਨ 'ਤੇ ਵੀ ਤੁਸੀਂ ਦੇਖ ਸਕਦੇ ਹੋ। ਅਤੇ ਇਸ ਤੋਂ ਇਲਾਵਾ ਲਾਈਕ ਇਹ ਤਾਂ ਹੋ ਗਈ ਜਿਹੜੀ ਆਪਾਂ ਉਰੇ ਆ ਕੇ ਪੜ੍ਹਾਈ ਕੀਤੀ ਆ, ਜੇ ਕੋਈ ਬੱਚਾ ਇੰਡੀਆ ਇਸ ਟਾਈਮ ਬੈਠਾ ਉਹ ਨਰਸਿੰਗ ਕਰ ਰਿਹਾ ਵਾ, ਉਹਦਾ ਲਾਈਕ ਉਹ ਕੀ ਕਰੇ? ਵੀ ਮੈਂ ਸੁਣਿਆ ਵੀ ਜਿੱਦਾਂ GNM ਇੱਕ ਹੁੰਦਾ ਅਤੇ ਇੱਕ BSc ਨਰਸਿੰਗ ਆ, ਜੇ ਉਹ ਕੀਤੀ ਹੋਵੇ ਫਿਰ ਵੀ ਆਪਾਂ ਉਰੇ ਟੈਸਟ ਦੇ ਸਕਦੇ ਹਾਂ? ਹਾਂਜੀ, ਫਿਰ ਵੀ। ਸੋ ਇਸ ਪਹਿਲਾਂ ਕੀ ਰੂਲ ਹੁੰਦੇ ਸੀ ਕਿ ਤੁਹਾਨੂੰ ਚਾਹੇ ਤੁਸੀਂ ਇੰਡੀਆ ਤੋਂ ਨਰਸਿੰਗ ਕੀਤੀ ਆ, ਤੁਹਾਨੂੰ ਇੱਥੇ ਵੀ ਗੌਰਮੈਂਟ ਕਹਿੰਦੀ ਸੀ ਕਿ ਤੁਸੀਂ ਕੁਛ ਕੁ ਕੋਰਸ ਕਰਨੇ ਹੀ ਪੈਣੇ ਆ ਤੁਹਾਨੂੰ। ਬਟ ਇਸ ਟਾਈਮ 'ਤੇ ਜੇ ਤੁਸੀਂ ਇੰਡੀਆ ਤੋਂ BSc ਜਾਂ GNM ਨਰਸਿੰਗ ਕੀਤੀ ਹੋਈ ਆ, ਇੱਥੇ ਆ ਕੇ ਤੁਹਾਨੂੰ ਕੋਈ ਸਟੱਡੀ ਕਰਨ ਦੀ ਲੋੜ ਨਹੀਂ ਹੈਗੀ ਇਸ ਟਾਈਮ 'ਤੇ। ਸੋ ਡਾਇਰੈਕਟਲੀ ਤੁਸੀਂ ਆਪਣੀ ਐਲੀਜੀਬਿਲਟੀ ਐਪਲੀਕੇਸ਼ਨਸ ਅਪਲਾਈ ਕਰ ਸਕਦੇ ਹੋ। ਉਹਦੇ ਵਿੱਚ ਕੀ ਹੁੰਦਾ, ਉਹ ਤੁਹਾਡੀ ਜਿਹੜੀ ਇੰਡੀਆ ਦੀ ਡਿਗਰੀ ਆ ਉਹ ਇੱਧਰ ਇਵੈਲੂਏਟ ਕਰਦੇ ਆ, ਅਤੇ ਇਵੈਲੂਏਟ ਕਰਨ ਤੋਂ ਬਾਅਦ ਫਿਰ ਤੁਹਾਨੂੰ ਐਗਜ਼ਾਮ ਲਈ ਐਲੀਜੀਬਿਲਟੀ ਦਿੰਦੇ ਆ, ਦੈਨ ਤੁਸੀਂ ਉਹ ਐਗਜ਼ਾਮ ਬੁੱਕ ਕਰਕੇ ਆਪਣਾ ਪ੍ਰਿਪੇਅਰ ਕਰਕੇ ਐਗਜ਼ਾਮ ਲਿਖ ਸਕਦੇ ਹੋ। ਸੋ ਬੇਸਿਕਲੀ ਜੇ ਤੁਸੀਂ ਇੰਡੀਆ ਦੇ ਵਿੱਚ ਵੀ GNM ਜਾਂ ਨਰਸਿੰਗ ਕਰ ਰਹੇ ਹੋ ਜਾਂ ਤੁਹਾਡੀ ਕੰਪਲੀਟ ਹੋ ਗਈ ਆ ਅਤੇ ਤੁਸੀਂ ਫਿਊਚਰ 'ਚ ਕੈਨੇਡਾ ਦੇ ਵਿੱਚ ਆਉਣ ਬਾਰੇ ਸੋਚ ਰਹੇ ਹੋ, ਤੁਸੀਂ ਇਹਨਾਂ ਤੋਂ ਕਲਾਸਿਸ ਲੈ ਸਕਦੇ ਹੋ। ਇਹ ਉਹ ਟੈਸਟ ਦੀ ਤਿਆਰੀ ਕਰਾਉਣਗੇ ਜਿਹਦੇ ਕਰਕੇ ਤੁਸੀਂ ਉਰੇ ਆ ਕੇ ਲਾਈਕ RN ਜਾਂ RPN ਬਣ ਸਕਦੇ ਹੋ। ਹਾਂਜੀ, ਸੋ ਜੇ ਇੰਡੀਆ 'ਚ ਵੀ ਕਿਸੇ ਨੇ ਆਪਣਾ ਪ੍ਰੋਸੈਸ, ਜੇ ਤੁਸੀਂ ਤੁਹਾਨੂੰ ਪਤਾ ਕਿ ਤੁਸੀਂ ਕੈਨੇਡਾ ਆਉਣਾ ਹੀ ਆ ਅਤੇ ਤੁਸੀਂ ਆਪਣਾ ਵੀਜ਼ਾ ਅਪਲਾਈ ਕੀਤਾ ਹੋਇਆ, ਦੈਨ ਤੁਸੀਂ ਇੰਡੀਆ ਤੋਂ ਬਹਿ ਕੇ ਹੀ ਆਪਣਾ ਪ੍ਰੋਸੈਸ ਸਟਾਰਟ ਕਰ ਸਕਦੇ ਹੋ। ਅਤੇ ਮੈਂ ਸੁਣਿਆ ਵਾ ਵੀ ਜਿਹੜੇ ਲਾਈਕ ਆ ਨਰਸਿੰਗ ਨੁਰਸਿੰਗ ਵਾਲੇ ਪ੍ਰੋਫੈਸ਼ਨ ਨੇ, ਇਹਨਾਂ ਦੇ ਵਿੱਚ PR ਵੀ ਸੌਖੀ ਮਿਲ ਜਾਂਦੀ, ਕਿਉਂਕਿ ਜੌਬ ਇੰਨੀ ਵਧੀਆ ਮਿਲ ਜਾਂਦੀ ਆਪਾਂ ਨੂੰ, ਤੁਹਾਨੂੰ ਪੈਸੇ ਬਚ ਰਹੇ ਨੇ। ਪਲੱਸ ਆ ਪਿੱਛੇ ਜੇ ਮੈਂ ਭੁੱਲ ਗਿਆ ਕਿਹੜੀ ਪ੍ਰੋਵਿੰਸ ਸੀ, ਉਹਨਾਂ ਨੇ ਇਹ ਕੀਤਾ ਵਾ ਕਿ ਤੁਸੀਂ ਜੇ ਨਰਸਿੰਗ ਕਰਨਾ ਚਾਹੁੰਦੇ ਹੋ ਸਾਡੇ ਕੋਲ ਆਓ, ਸਾਡੇ ਕਾਲਜ ਦੇ ਵਿੱਚ ਫ੍ਰੀ ਪੜ੍ਹੋ। ਹਾਂਜੀ, 2 ਸਾਲ ਦਾ ਕੋਰਸ ਤੁਸੀਂ ਫ੍ਰੀ ਕਰੋ, 4 ਸਾਲ ਦਾ ਕਰਨਾ ਫ੍ਰੀ ਕਰੋ, ਪਰ ਉਹ ਤੋਂ 2 ਸਾਲ ਬਾਅਦ ਤੁਹਾਨੂੰ ਸਾਡੇ ਕੋਲ ਜੌਬ ਜ਼ਰੂਰ ਕਰਨੀ ਪੈਣੀ ਆ।
ਤੇ ਮਤਲਬ ਇੱਕ ਬੇਸਿਕਲੀ ਉਹ ਤੁਹਾਨੂੰ ਬੁਲਾ ਵੀ ਰਹੇ ਨੇ, ਫਰੀ ਪੜ੍ਹਾ ਵੀ ਰਹੇ ਨੇ, ਤੇ ਜੋਬ ਵੀ ਦੇ ਰਹੇ ਨੇ, ਜੋਬ ਗਾਰੰਟੀ ਵੀ ਦੇ ਰਹੇ ਆ, ਕਿਉਂਕਿ ਉੱਥੇ ਇੰਨੀ ਜ਼ਿਆਦਾ ਸ਼ਾਰਟੇਜ ਆ ਇਸ ਟਾਈਮ ਨਰਸਿੰਗ ਨਰਸਾਂ ਦੀ। ਬਿਲਕੁਲ, ਮਤਲਬ ਇੰਨੀ ਜ਼ਿਆਦਾ ਹੁਣ ਸੋਚੋ ਕਿ ਸ਼ੋਰਟੇਜ ਆ ਕਿ ਗਵਰਨਮੈਂਟ ਖੁਦ ਕਹਿ ਰਹੀ ਆ ਵੀ ਅਸੀਂ ਤੁਹਾਨੂੰ ਫਰੀ ਐਜੂਕੇਸ਼ਨ ਦੇਵਾਂਗੇ, ਤੁਸੀਂ ਨਰਸਿੰਗ ਕਰੋ। ਮਤਲਬ ਗਵਰਨਮੈਂਟ ਖੁਦ ਤੁਹਾਨੂੰ ਮੋਟੀਵੇਟ ਕਰ ਰਹੀ ਆ ਕਿ ਤੁਸੀਂ ਆਓ ਤੇ ਨਰਸਿੰਗ ਕਰੋ। ਤੇ ਇਹ ਵੀ ਹੈ ਨਾ ਵੀ ਹਰੇਕ ਪ੍ਰੋਵਿੰਸ ਦੇ ਵਿੱਚ ਲਾਈਕ ਰਿਕੁਆਇਰਮੈਂਟਸ ਅਲੱਗ-ਅਲੱਗ ਨੇ। ਹਾਂਜੀ, ਹੈ ਨਾ, ਨਰਸ ਬਣਨ ਵਾਸਤੇ ਪਲੱਸ ਹਰੇਕ ਪ੍ਰੋਵਿੰਸ ਦੀ ਸੈਲਰੀ ਵੀ ਅਲੱਗ-ਅਲੱਗ ਆ। ਬਿਲਕੁਲ, ਇਦਾਂ ਵੀ ਚੀਜ਼ਾਂ ਹੈਗੀਆਂ ਨੇ। ਇਦਾਂ ਹੈਗੀਆਂ, ਮਤਲਬ ਹਰ ਇੱਕ, ਜੇ ਤੁਸੀਂ ਅਲਬਰਟਾ 'ਚ, ਬੀ ਸੀ 'ਚ, ਮਤਲਬ ਇੱਥੇ ਕੈਨੇਡਾ ਦੇ ਹਰ ਇੱਕ ਪ੍ਰੋਵਿੰਸ ਦੇ ਬਿਲਕੁਲ ਹੀ ਅਲੱਗ ਅਲੱਗ ਰਿਕੁਆਇਰਮੈਂਟਸ ਨੇ। ਸੋ ਇਸ ਟਾਈਮ 'ਤੇ ਸਾਰੀ ਪ੍ਰੋਵਿੰਸਿਸ ਦੀਆਂ ਰਿਕੁਆਇਰਮੈਂਟ ਥੋੜ੍ਹੀ ਈਜ਼ੀ ਹੋਈਆਂ ਹੋਈਆਂ। ਸੋ ਮੈਂ ਇਹੀ ਕਹੂੰਗੀ ਵੀ ਆਪਣਾ ਟਾਈਮ ਨਾ ਵੇਸਟ ਕਰੋ, ਜੇ ਤੁਸੀਂ ਨਰਸਿੰਗ ਕੀਤੀ ਆ ਆਪਣਾ ਪ੍ਰੋਸੈਸ ਸਟਾਰਟ ਕਰੋ ਕਿ ਤੁਸੀਂ ਛੇਤੀ ਤੋਂ ਛੇਤੀ ਇੱਥੇ ਆ ਕੇ ਆਪਣਾ ਲਾਇਸੈਂਸ ਲੈ ਕੇ ਐਜ਼ ਅ ਨਰਸ ਜੋਬ ਕਰ ਸਕੋ। ਬਿਕੋਜ਼ ਇਹੀ ਇੱਕ ਪ੍ਰੋਫੈਸ਼ਨ ਆ ਇਸ ਟਾਈਮ 'ਤੇ ਜਿਹ 'ਚ ਸਭ ਤੋਂ ਵੱਧ ਜੋਬ ਅਵੇਲੇਬਿਲਟੀ ਵੀ ਆ, ਤੁਹਾਨੂੰ ਪੇ ਵੀ ਮਤਲਬ ਸਭ ਤੋਂ ਵੱਧ ਮਿਲ ਰਹੀ ਆ ਹੋਰ ਪ੍ਰੋਫੈਸ਼ਨਸ ਦੇ ਨਾਲੋਂ, ਰਾਈਟ? ਅਤੇ ਬਹੁਤ ਸਾਰੇ ਇਹੋ ਜਿਹੇ ਸਟੂਡੈਂਟਸ ਵੀ ਨੇ ਜਿਹੜੇ ਆਉਂਦੇ ਸਾਰ ਹੀ ਇੱਥੇ ਆਰ ਐਨ ਦਾ ਲਾਇਸੈਂਸ ਜਾਂ ਆਰ ਪੀ ਐਨ ਦਾ ਲਾਇਸੈਂਸ ਲੈ ਕੇ ਜੋਬ ਸਟਾਰਟ ਕਰਦੇ ਨੇ, ਅਤੇ ਵਰਕ ਪਰਮਿਟ 'ਤੇ ਆਉਂਦੇ ਸਾਰ ਉਹਨਾਂ ਨੂੰ ਪੀ ਆਰ ਮਿਲ ਜਾਂਦੀ ਆ। ਅਤੇ ਜੋਬ ਸਿਕਿਉਰਿਟੀ ਵੀ ਬਹੁਤ ਆ, ਕਿਉਂਕਿ ਬਹੁਤ ਸਾਰੀਆਂ ਜੋਬਸ ਨੇ, ਕੱਲ੍ਹ ਨੂੰ ਕੁਛ ਵੀ ਹੋ ਗਿਆ, ਜਿਵੇਂ ਕੋਵਿਡ ਆ ਗਿਆ ਜਾਂ ਕੁਛ ਹੋਰ ਹੋ ਗਿਆ, ਕੰਪਨੀਆਂ ਨੂੰ ਘਾਟਾ ਪੈ ਗਿਆ, ਉਹ ਤੁਹਾਨੂੰ ਕੱਢ ਦਿੰਦੇ ਆ। ਇਹਦੇ ਵਿੱਚ ਜੋਬ ਸਿਕਿਉਰਿਟੀ ਬਹੁਤ ਆ। ਮੈਂ ਅੱਜ ਤੱਕ ਪਰਸਨਲੀ ਕਦੇ ਨਰਸ ਨੂੰ ਨਹੀਂ ਮਿਲਿਆ ਜਿਹੜੀ ਕਿ ਮੈਨੂੰ ਜੋਬ ਤੋਂ ਕੱਢਿਆ ਹੋਇਆ। ਨਹੀਂ, ਬਿਲਕੁਲ ਵੀ ਨਹੀਂ, ਪੂਰੇ ਤੱਕ ਕਿਉਂਕਿ ਲੋੜ ਹੀ ਇੰਨੀ ਆ ਲੋਕਾਂ ਨੂੰ ਨਰਸਿਸ ਦੀ। ਚਲੋ, ਬੱਚਾ ਜਦੋਂ ਇੱਕ ਵਾਰੀ ਕੋਰਸ ਦੇ ਵਿੱਚ ਉਹਨੇ ਐਡਮਿਸ਼ਨ ਲੈ ਲਈ, ਚਾਹੇ 2 ਸਾਲ ਵਾਲੇ 'ਚ ਆਰ ਪੀ ਐਨ 'ਚ, ਚਾਹੇ 4 ਸਾਲ ਵਾਲੇ 'ਚ, ਉਹ ਤਾਂ ਉਹਨੇ ਪਾਸ ਕਰ ਲੈਣਾ। ਉਦੋਂ ਬਾਅਦ ਜਿਹੜਾ ਟੈਸਟ ਹੁੰਦਾ, ਇਹਦੇ ਵਾਸਤੇ ਕਿੰਨਾ ਕੁ ਪ੍ਰੈਪਰੇਸ਼ਨ ਲਈ ਟਾਈਮ ਚਾਹੀਦਾ ਵਾ, ਅਤੇ ਲਾਈਕ ਕਿੰਨਾ ਕੁ ਔਖਾ ਟੈਸਟ ਆ ਇਹ ਐਮ ਸੀ ਕਿਊ ਆ, ਕਿੱਦਾਂ ਦਾ ਹੁੰਦਾ? ਹਾਂਜੀ, ਸੋ ਜਿਹੜਾ ਐਗਜ਼ਾਮ ਹੁੰਦਾ ਆ, ਮਤਲਬ ਇੰਡੀਆ 'ਚ ਤੁਹਾਨੂੰ ਪਤਾ ਹੋਣਾ ਕਿ ਆਪਾਂ ਪੈਰਾਗ੍ਰਾਫ 'ਚ ਐਗਜ਼ਾਮ ਦਿੰਦੇ ਸੀਗੇ, ਜੋ ਵੀ ਕੁਸ਼ਚਨ ਪੁੱਛਦੇ ਸੀ ਆਪਾਂ, ਸ਼ੀਟਾਂ ਭਰਨੀਆਂ ਹੁੰਦੀਆਂ ਸੀ ਵੱਧ ਤੋਂ ਵੱਧ। ਹਾਂਜੀ, ਉਹ ਸ਼ੀਟਸ ਭਰਦੇ ਸੀਗੇ, ਬਟ ਇੱਥੇ ਸਾਰੇ ਐਗਜ਼ਾਮਸ ਐਮ ਸੀ ਕਿਊਜ਼ ਹੁੰਦੇ ਨੇ, ਮਲਟੀਪਲ ਚੋਇਸ ਕੁਸ਼ਚਨਸ ਹੁੰਦੇ ਨੇ, ਤੁਹਾਨੂੰ ਆਪਸ਼ਨਸ ਦਿੱਤੇ ਜਾਂਦੇ ਨੇ। ਉਸ ਤੋਂ ਇਲਾਵਾ ਫਿਲ ਇਨ ਦਾ ਬਲੈਂਕਸ ਵੀ ਆਉਂਦੀਆਂ ਇਸ ਐਗਜ਼ਾਮ ਦੇ ਵਿੱਚ, ਅਤੇ ਸਿਲੈਕਟ ਆਲ ਦੈਟ ਅਪਲਾਈ ਕੁਸ਼ਚਨਸ, ਮਤਲਬ ਕਾਫੀ ਤਰ੍ਹਾਂ ਦੇ ਕੁਸ਼ਚਨਸ ਹੁੰਦੇ ਨੇ। ਬਟ ਤੇ ਕਿੰਨੇ ਕਾਲਾ ਪਾਸ ਹੁੰਦਾ? ਇਹਦੇ ਇੱਕ ਕੰਪਿਊਟਰ ਅਡੈਪਟਿਵ ਟੈਸਟ ਆ ਇੱਕ, ਸੋ ਇਹਦੇ 'ਚ ਕੋਈ ਵੀ ਐਗਜ਼ਾਮ ਸੈੱਟ ਨਹੀਂ ਹੁੰਦਾ, ਬਟ ਤੁਹਾਨੂੰ ਮਿਨੀਮਮ, ਮੈਂ ਸਮਝ ਗਿਆ, ਇਦਾਂ ਹੁੰਦੇ ਆ ਜਿਵੇਂ ਟੈਸਟ, ਕਿਉਂਕਿ ਮੈਂ ਵੀ ਇੱਕ ਵਾਰੀ ਦਿੱਤਾ ਸੀ, ਉਹ ਵੀ ਕੰਪਿਊਟਰ ਅਡੈਪਟਿਵ ਸੀਗਾ, ਉਹ ਇਦਾਂ ਸੀ ਵੀ ਜੇ ਮੈਂ ਗਲਤ ਕਰਤਾ ਫਿਰ ਮੈਨੂੰ ਅਗਲਾ ਸੌਖਾ ਦੇ ਦੂਗਾ, ਜੇ ਮੈਂ ਸਹੀ ਕਰਦਾ ਆ ਰਿਹਾ ਥੋੜੇ ਥੋੜੇ ਔਖੇ ਔਖੇ, ਇਦਾਂ ਇਦਾਂ। ਬਿਲਕੁਲ, ਹਾਂਜੀ, ਬਿਲਕੁਲ ਇਹ ਸਿਸਟਮ ਆ। ਸੋ ਇਹਦੇ 'ਚ ਮਿਨੀਮਮ ਜਿਹੜੇ ਤੁਹਾਨੂੰ ਕੰਪਿਊਟਰ ਪੁੱਛਦਾ ਕੁਸ਼ਚਨਸ, ਉਹ 85 ਮਿਨੀਮਮ ਕੁਸ਼ਚਨਸ ਪੁੱਛਦਾ, ਅਤੇ ਮੈਕਸੀਮਮ ਅਪ ਟੂ 150 ਵੀ ਚੱਲ ਜਾਂਦਾ ਆ। ਸੋ ਜੇ ਕੰਪਿਊਟਰ ਨੂੰ ਲੱਗਦਾ ਵੀ ਹਾਂਜੀ ਤੁਸੀਂ, ਤੁਹਾਨੂੰ ਉਹ ਨੌਲੇਜ ਹੈਗੀ ਆ, ਅਤੇ ਉਹ 85 'ਤੇ ਵੀ ਬੰਦ ਹੋ ਸਕਦਾ, ਅਤੇ ਇਹ ਵੀ ਹੋ ਸਕਦਾ ਵੀ ਕੰਪਿਊਟਰ ਨੂੰ ਲੱਗਦਾ ਤੁਹਾਨੂੰ ਨੌਲੇਜ ਨਹੀਂ ਹੈਗੀ, ਦੈਨ ਉਹ ਉਦੋਂ ਵੀ ਉਹ ਕਦੇ ਵੀ ਬੰਦ ਹੋ ਸਕਦਾ। ਸੋ ਟਾਈਮ ਇੱਕ ਐਵਰੇਜ ਸਟੂਡੈਂਟ ਵਾਸਤੇ ਕਿੰਨਾ ਕੁ, ਯੂ ਨੋ, ਜਿਹੜਾ ਲਾਈਕ ਕਹਿ ਲਓ ਵੀ 80% ਲੈ ਕੇ ਪਾਸ ਹੋਇਆ, ਹਾਂਜੀ, ਆਪਣੀ ਨਰਸਿੰਗ ਕੀਤੀ, ਉਹਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਪ੍ਰਿਪੇਅਰ ਕਰਨ ਨੂੰ? 2 ਮਹੀਨੇ, 4 ਮਹੀਨੇ ਟੈਸਟ ਵਾਸਤੇ? ਕੋਈ ਵੀ ਸਟੂਡੈਂਟ ਜੇ ਐਨਪਲੈਕਸ ਦਾ ਐਗਜ਼ਾਮ ਦੇਣਾ ਚਾਹੁੰਦਾ, ਤਾਂ ਉਹ ਫੁੱਲ ਟਾਈਮ ਆਪਣੇ ਜੇ 3 ਤੋਂ 4 ਮੰਥਸ ਦੇਵੇ ਇਸ ਐਗਜ਼ਾਮ ਪ੍ਰੈਪਰੇਸ਼ਨ ਦੇ ਲਈ, ਦੈਨ ਉਹ 3 ਤੋਂ 4 ਮੰਥਸ ਦੇ ਵਿੱਚ ਕੰਪਲੀਟ ਲਾਈਕ ਪੂਰੀ ਤਰ੍ਹਾਂ ਪ੍ਰਿਪੇਅਰ ਹੋ ਸਕਦੇ। ਬਾਕੀ ਹਰੇਕ ਸਟੂਡੈਂਟ ਦਾ ਆਪਣਾ ਆਪਣਾ ਕੈਲੇਬਰ ਹੁੰਦਾ, ਕਿੰਨੀ ਉਹ ਇਨਫੋਰਮੇਸ਼ਨ ਰਿਟੇਨ ਕਰ ਸਕਦਾ ਦਿਮਾਗ ਦੇ ਵਿੱਚ, ਉਦੋਂ ਬਾਅਦ ਕਿੰਨੀ ਰਿਟਰਾਈਵ ਕਰ ਸਕਦਾ ਪੇਪਰ ਵਾਲੇ ਟਾਈਮ। ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਤੁਸੀਂ ਉਰੇ ਆ ਕੇ ਨਰਸ ਲੱਗੇ, ਆਰਐਨ, ਕਿੱਦਾਂ ਲੱਗੇ? ਮੈਂ ਐਜ਼ ਅ ਸਟੂਡੈਂਟ ਆਈ ਸੀਗੀ ਕੈਨੇਡਾ, ਅਤੇ ਮੈਂ ਇਹ ਆ ਕਿ ਮੈਂ ਇੰਡੀਆ ਤੋਂ ਹੀ ਨਰਸਿੰਗ ਕਰਕੇ ਆਈ ਸੀ, ਅਤੇ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ, ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ, ਸੋ ਮੈਂ ਆਪੇ ਹੀ ਫਿਗਰ ਆਊਟ ਕਰਕੇ ਸਾਰੀਆਂ ਰਿਕੁਆਇਰਮੈਂਟਸ ਮੀਟ ਕਰਕੇ ਆਰਐਨ ਦਾ ਲਾਇਸੈਂਸ ਲਿਆ। ਸੋ ਤਾਂ ਹੀ ਹੁਣ ਮੈਨੂੰ ਆ ਕਿ ਮੈਂ ਹੋਰ ਸਟੂਡੈਂਟਸ ਨੂੰ ਵੀ ਗਾਈਡ ਕਰਾਂ ਕਿ ਤੁਸੀਂ ਇੱਥੇ ਨਰਸ ਕਿਵੇਂ ਬਣ ਸਕਦੇ ਹੋ। ਇਸ ਲਈ ਮੈਂ ਕੋਚਿੰਗ ਕਲਾਸਿਸ ਵੀ ਰਨ ਕਰਦੀ ਹਾਂ ਐਨਕਲੈਕਸ ਦੇ ਰੈਕਸਪੀਅਨ ਪ੍ਰੈਪਰੇਸ਼ਨ ਦੇ ਲਈ, ਜੋ ਕਿ ਬਹੁਤ ਹੀ ਅਫੋਰਡੇਬਲ ਪੈਕੇਜਸ 'ਤੇ ਨੇ, ਅਤੇ ਜੇ ਕਿਸੇ ਨੇ ਵੀ ਕੋਚਿੰਗ ਕਲਾਸਿਸ ਲੈਣੀਆਂ ਹੋਣ ਸਾਨੂੰ ਕਾਲ ਕਰਕੇ ਤੁਸੀਂ ਹੋਰ ਡਿਟੇਲ ਪੁੱਛ ਸਕਦੇ ਹੋ। ਅਤੇ ਇੱਕ ਹੋਰ ਗੱਲ, ਜੋ ਇੰਡੀਆ ਅਤੇ ਕੈਨੇਡਾ ਦੀ ਨਰਸਿੰਗ ਆ, ਉਹ ਮਤਲਬ ਨਰਸਿੰਗ ਤਾਂ ਚਲੋ ਆਲ ਓਵਰ ਦ ਵਰਲਡ ਸੇਮ ਹੀ ਹੁੰਦੀ ਆ, ਬਟ ਜਿਹੜਾ ਐਨਕਲੈਕਸ ਅਤੇ ਰੈਕਸਪੀਅਨ ਐਗਜ਼ਾਮ ਹੁੰਦਾ, ਉਹਦੇ ਲਈ ਤੁਹਾਨੂੰ ਕੈਨੇਡੀਅਨ ਐਥਿਕਸ ਅਤੇ ਰੂਲਸ ਪਤਾ ਹੋਣੇ ਚਾਹੀਦੇ ਨੇ, ਬਿਕੋਜ਼ ਉਹ ਉਸ 'ਤੇ ਬੇਸ ਹੀ ਐਗਜ਼ਾਮ ਪਾਉਂਦੇ ਨੇ। ਸੋ ਜੇ ਤੁਹਾਨੂੰ ਇੱਥੇ ਦੇ ਪ੍ਰੋਸੀਜਰਸ ਜਾਂ ਪੋਲਿਸੀਜ਼ ਪਤਾ ਹੋਣਗੀਆਂ, ਦੈਨ ਹੀ ਤੁਸੀਂ ਉਹ ਐਗਜ਼ਾਮ ਕਲੀਅਰ ਕਰ ਸਕਦੇ ਹੋ ਈਜ਼ੀਲੀ। ਉਰੇ ਠੰਡ ਹੀ ਹੋਈ ਪਈ ਆ ਜੀ, ਮੈਂ ਅੱਧੀ ਮਾਰੀ ਟੀ ਸ਼ਰਟ ਆਹ ਸ਼ਰਟ ਜੀ ਪਾਇਆ, ਮੈਨੂੰ ਬਹੁਤ ਠੰਡ ਲੱਗ ਰਹੀ ਆ, ਤਾਂ ਹੀ ਮੈਂ ਹਿੱਲੀਏ ਜਾਂਦਾ। ਅਤੇ ਆਪਾਂ ਇੱਕ ਲਾਸਟ 'ਚ ਕੁਸ਼ਚਨ ਪੁੱਛਦੇ ਹਾਂ, ਤੁਸੀਂ ਪੜ੍ਹ ਲਏ ਸਾਰਾ ਕੁਛ ਹੋ ਗਿਆ, ਹੁਣ ਤੁਹਾਨੂੰ ਤੁਹਾਡੀ ਜੋਬ ਕਿੱਦਾਂ ਦੀ ਲੱਗਦੀ ਆ? ਕੀ ਤੁਹਾਡੀਆਂ ਮਤਲਬ ਡਿਊਟੀਜ਼ ਹੁੰਦੀਆਂ ਨੇ? ਕਿੰਨੇ ਘੰਟਿਆਂ ਦੀ ਸ਼ਿਫਟ ਹੁੰਦੀ ਆ? ਕੀ ਹਿਸਾਬ ਕਿਤਾਬ ਚੱਲਦਾ? ਹਾਂਜੀ, ਸੋ ਮੈਂ ਜਿਵੇਂ ਹੋਸਪਿਟਲ ਦੇ ਵਿੱਚ ਜੋਬ ਕਰਦੀ ਹਾਂ, ਹੋਸਪਿਟਲ ਦੇ ਵਿੱਚ 12 ਆਵਰ ਸ਼ਿਫਟਸ ਹੀ ਹੁੰਦੀਆਂ ਨੇ। ਓਕੇ, ਡਿਪੈਂਡ ਕਰਦਾ, ਜੇ ਤੁਸੀਂ ਕਿਸੇ ਇੱਕ ਸਪੈਸੀਫਿਕ ਯੂਨਿਟ
ਅਤੇ ਜੇ ਤੁਸੀਂ ਹੋਸਪਿਟਲ ਦੇ ਵਿੱਚ ਜੋਬ ਕਰਦੇ ਹੋ ਸੋ 12 ਆਵਰਸ ਸ਼ਿਫਟਸ ਹੁੰਦੀਆਂ ਨੇ ਅਤੇ ਉਸ ਤੋਂ ਇਲਾਵਾ ਜਿਹੜੀ ਮੇਰੀ ਜੋਬ ਆ ਮੈਂ ਕਹਾਂ ਟੂ ਬੀ ਵੈਰੀ ਓਨੈਸਟ ਪਹਿਲੇ 6 ਮੰਥਸ ਬਹੁਤ ਔਖਾ ਲੱਗਿਆ ਸੀਗਾ ਬਟ ਉਹ ਤੁਸੀਂ ਮਾਇੰਡ ਸੈੱਟ ਤੁਹਾਡਾ ਹੋਣਾ ਚਾਹੀਦਾ ਕਿ ਹਾਂਜੀ ਔਖਾ ਲੱਗੂਗਾ ਬਟ ਜਿਹੜਾ ਮਤਲਬ ਖੜ ਗਿਆ ਉਸ ਤੋਂ ਬਾਅਦ ਉਹ ਪੈਸਾ ਸੌਖਾ ਨਹੀਂ ਬਣਦਾ ਹਾਂਜੀ ਮਤਲਬ ਉਸ ਤੋਂ ਬਾਅਦ ਜੇ ਤੁਸੀਂ ਕਿਤੇ ਵੀ ਜੋਬ ਕਰੋਗੇ ਤੁਹਾਨੂੰ ਔਖਾ ਨਹੀਂ ਲੱਗੂਗਾ ਮਤਲਬ ਸਟ੍ਰੈਸਫੁਲ ਹੈਗੀ ਆ ਬਟ ਜਦ ਤੁਹਾਡੀ ਪੇ ਹੁੰਦੀ ਆ ਉਹ ਸਾਰਾ ਬੈਲੈਂਸ ਆਊਟ ਹੋ ਜਾਂਦਾ ਆ ਬਟ ਦ ਥਿੰਗ ਆਈ ਲਾਈਕ ਅਬਾਊਟ ਨਰਸਿੰਗ ਇਜ਼ ਕਿ ਲਾਈਕ ਤੁਸੀਂ ਕੈਨੇਡਾ 'ਚ ਚਲੋ ਜਿੰਨੇ ਪੈਸੇ ਕਮਾ ਰਹੇ ਹੋ $30-$50 ਇਟਸ ਰੀਅਲੀ ਗੁੱਡ ਹੈ ਨਾ ਬਾਕੀ ਵੇਜਿਸ ਨਾਲੋਂ ਬਟ ਇਫ ਯੂ ਆਰ ਪਲੈਨਿੰਗ ਟੂ ਮੂਵ ਟੂ ਯੂ ਐਸ ਏ ਫੋਰ ਐਗਜ਼ਾਮਪਲ ਕਿ ਲਾਈਕ ਮੈਂ ਆਪਣੇ ਕੇਸ 'ਚ ਦੇਖਾਂ ਮੈਂ ਆਈ ਟੀ 'ਚ ਆ ਤਾਂ ਯੂ ਐਸ 'ਚ ਆਈ ਟੀ 'ਚ ਵੱਧ ਪੈਸਾ ਪਰ ਨਰਸਿੰਗ ਦਾ ਤਾਂ ਲਾਈਕ ਡਰਾਸਟਿਕ ਸ਼ਿਫਟ ਹੀ ਆ ਉਰੇ 40 ਕਮਾ ਰਹੇ ਹੋ ਤੁਸੀਂ ਉੱਥੇ ਆ ਕੇ 80-90 ਤੋਂ ਸਟਾਰਟਿੰਗ ਹੋ ਰਹੀ ਆ ਇੱਦਾਂ ਮਤਲਬ ਉਹਦੇ ਵਾਸਤੇ ਵੀ ਜੇ ਤੁਸੀਂ ਕੱਲ੍ਹ ਨੂੰ ਕੈਨੇਡਾ ਤੁਹਾਨੂੰ ਪਸੰਦ ਨਹੀਂ ਆਉਂਦਾ ਤੁਸੀਂ ਯੂ ਐਸ ਮੂਵ ਕਰਨਾ ਚਾਹੁੰਦੇ ਹੋ ਤੁਹਾਡਾ ਸੇਮ ਆ ਉਰੇ ਜਿਹੜਾ ਸਾਰਾ ਕੁਝ ਚੱਲ ਰਿਹਾ ਉਹੀ ਉੱਥੇ ਉਹਨਾਂ ਨੇ ਕਬੂਲ ਕਰ ਲੈਣਾ ਅਤੇ ਤੁਹਾਨੂੰ ਵਧੀਆ ਪੈਕੇਜ ਮਿਲ ਜਾਣਾ ਉੱਥੇ ਵੀ ਵਧੀਆ ਡਿਮਾਂਡ ਹੈਗੀ ਆ ਨਰਸਿੰਗ ਦੀ ਕਿਉਂਕਿ ਉੱਥੇ ਆਈ ਥਿੰਕ ਪ੍ਰਾਈਵੇਟ ਸੈਕਟਰ ਆ ਜਾਂਦਾ ਇਹ ਪ੍ਰਾਈਵੇਟ ਆਪਾਂ ਨੂੰ ਉਰੇ ਥੋੜ੍ਹਾ ਪਬਲਿਕ ਸੈਕਟਰ ਆ ਨਰਸਿੰਗ ਦੇ ਵਿੱਚ ਅਤੇ ਕਈ ਨਰਸਿਸ ਤਾਂ 100+150+ ਐਨ ਆਵਰ ਵੀ ਕਮਾਉਂਦੇ ਮੈਂ ਚੱਲਿਆ ਐਡਮਿਸ਼ਨ ਲੈਣ ਅਰੇ ਵੀਡੀਓ ਨੂੰ ਮੈਂ ਸਮਰਾਈਜ਼ ਕਰ ਦਿੰਦਾ ਜੀ ਨਰਸਿੰਗ ਦੇ ਜਿੰਨੇ ਸੁਣੇ ਨੇ ਆਪਾਂ ਫਾਇਦੇ ਹੀ ਫਾਇਦੇ ਨੇ ਠੀਕ ਆ ਪੈਸੇ ਵੀ ਹੈਗੇ ਨੇ ਜੋਬ ਦੇ ਵਿੱਚ ਕੋਰਸ ਵੀ 2 ਸਾਲ ਦਾ 4 ਸਾਲ ਦਾ ਠੀਕ ਆ ਉਹ ਆਪਾਂ ਵੈਸੇ ਵੀ ਕੋਈ ਹੋਰ ਨਾ ਹੋ ਕੋਰਸ ਕਰਦੇ ਹਾਂ ਉਸ ਤੋਂ ਬਾਅਦ ਜੇ ਤੁਸੀਂ ਟੈਸਟ ਦੇਣਾ ਇਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਆਲਰੇਡੀ ਇੰਡੀਆ ਤੋਂ ਤੁਸੀਂ GNMBSC ਨਰਸਿੰਗ ਕੀਤੀ ਹੋਈ ਆ ਉਰੇ ਆ ਕੇ ਤੁਸੀਂ ਕੋਈ ਹੋਰ ਜੋਬ ਕਰ ਰਹੇ ਹੋ ਇਨਸਟੈਡ ਆਫ ਦੈਟ ਯੂ ਨੋ ਯੂ ਕੈਨ ਫੋਕਸ ਔਨ ਦਿਸ ਗੈਟ ਯੂਅਰ ਲਾਈਸੈਂਸ ਪ੍ਰਪੇਅਰ ਫਰੋਮ ਹਰ ਅਤੇ ਤੁਸੀਂ ਆਪਣਾ ਵਧੀਆ ਪੈਸੇ ਕਮਾਉਣੇ ਸਟਾਰਟ ਕਰੋ ਕੱਲ੍ਹ ਨੂੰ ਅਮਰੀਕਾ 'ਚ ਮੂਵ ਹੋਣਾ ਉੱਥੇ ਵੀ ਤੁਹਾਨੂੰ ਇਹਦਾ ਫਾਇਦਾ ਹੀ ਫਾਇਦਾ ਵਾ ਜੋਬ ਵੀ ਕਿੰਨੀ ਸਿਕਿਓਰ ਆ ਵਧੀਆ ਇਨਵਾਇਰਮੈਂਟ ਦੇ ਵਿੱਚ ਤੁਸੀਂ ਜੋਬ ਕਰਦੇ ਹੋ ਘੰਟੇ ਤੁਹਾਡੇ ਆਲਮੋਸਟ ਪੱਕੇ ਹੀ ਨੇ ਸਗੋਂ ਮੈਂ ਸੁਣਿਆ ਵੀ ਨਰਸਾਂ ਤਾਂ ਉਹ ਕਹਿੰਦੇ ਵੀ ਓਵਰ ਟਾਈਮ ਵੀ ਲੈ ਲਓ ਹਾਂਜੀ ਸੋ ਅਗੇਨ ਇਹਨਾਂ ਬਾਰੇ ਸਾਰੀ ਇਨਫੋਰਮੇਸ਼ਨ ਲਾਈਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਹੋਈ ਆ ਇਹੋ ਜਿਹੀ ਆਪਾਂ ਹੋਰ ਵੀਡੀਓਜ਼ ਵੀ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣੇ ਪ੍ਰੋਫੈਸ਼ਨ ਬਾਰੇ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਮੈਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ DM ਕਰ ਸਕਦੇ ਹੋ ਜਾਂ ਮੇਰਾ ਨੰਬਰ ਹੁਣ ਹੁੰਦਾ ਹੀ ਹੈ ਇੰਸਟਾਗ੍ਰਾਮ 'ਤੇ ਤੁਸੀਂ ਉੱਥੋਂ ਲੈ ਕੇ ਮੈਨੂੰ ਮੈਸੇਜ ਕਰੋ ਈਮੇਲ ਕਰੋ ਹੈ ਨਾ ਆਪਾਂ ਹੋਰ ਸਾਰੇ ਪ੍ਰੋਫੈਸ਼ਨਸ ਬਾਰੇ ਵੀ ਲਾਈਕ ਜਾਣਕਾਰੀ ਦੇਵਾਂਗੇ ਤਾਂ ਕਿ ਬੱਚਿਆਂ ਦੀ ਹੈਲਪ ਹੋ ਸਕੇ ਕਿਉਂਕਿ ਮੇਨ ਤਾਂ ਇਹੀ ਆ ਗਾਈਡੈਂਸ ਸਭ ਤੋਂ ਵੱਡੀ ਚੀਜ਼ ਆ ਹਾਂਜੀ ਹੈ ਨਾ ਇੱਕ ਆਪਾਂ ਬੰਬ ਸਿੱਟ ਦੀ ਹੈ ਇੱਕ ਮਿਸਾਈਲ ਹੁੰਦੀ ਆ ਉਹ ਗਾਈਡ ਕਰਕੇ ਮਾਰਦੇ ਆ ਉਹ ਡੈਮੇਜ ਅਸਲੀ ਕਰਦੀ ਆ ਇੱਕ ਆਪਾਂ ਮਾਰੀ ਜਾਈ ਹੋਰ ਜਹਾਜ਼ 'ਤੇ ਲੱਗਣਾ ਹੀ ਨਹੀਂ ਸੋ ਜਿਹੜੀ ਗਾਈਡੈਂਸ ਆ ਤੁਹਾਡੇ ਕਰੀਅਰ ਨੂੰ ਮਤਲਬ ਤੁਹਾਡਾ 2-3 ਸਾਲ ਬਚਾ ਦਿੰਦੀ ਆ ਪਲੱਸ ਤੁਹਾਨੂੰ ਉਹ ਮੰਜ਼ਿਲ 'ਤੇ ਪਹੁੰਚਾ ਦਿੰਦੀ ਆ ਜਿੱਥੇ ਤੁਸੀਂ ਸ਼ਾਇਦ 10 ਸਾਲਾਂ 'ਚ ਪਹੁੰਚਣਾ ਹੋਵੇ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਅਤੇ ਸਾਡਾ ਕੈਮਰਾਮੈਨ ਵੀਰਾ ਪਿੱਛੇ ਖੜਾ ਵਾ ਉਹਨੇ ਸਾਡੀ ਬਹੁਤ ਹੈਲਪ ਕੀਤੀ ਅਤੇ ਤੁਸੀਂ ਐਂਡ ਕੁਛ ਕਹਿਣਾ ਚਾਹੁੰਦੇ ਹੋ ਯੂਥ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਪਲੀਜ਼ ਡੋਂਟ ਗਿਵ ਅਪ ਔਨ ਯੋਰ ਡ੍ਰੀਮ ਅਸੀਂ ਤੁਹਾਡੀ ਹੈਲਪ ਕਰਾਂਗੇ ਜੇ ਤੁਸੀਂ ਨਰਸਿੰਗ ਕੀਤੀ ਆ ਅਤੇ ਤੁਸੀਂ ਇੱਥੇ ਨਰਸ ਬਣਨਾ ਚਾਹੁੰਦੇ ਹੋ ਸਾਨੂੰ ਕੰਟੈਕਟ ਕਰੋ ਅਸੀਂ ਤੁਹਾਡੀ ਫਸਟ ਸਟੈਪ ਤੋਂ ਐਂਡ ਸਟੈਪ ਤੱਕ ਪੂਰੀ ਹੈਲਪ ਕਰਾਂਗੇ ਥੈਂਕ ਯੂ ਜੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਅਤੇ ਅੱਗੇ ਕੋਈ ਵੀ ਨਰਸਿੰਗ ਦਾ ਸਟੂਡੈਂਟ ਆ ਤੁਸੀਂ ਉਹਨੂੰ ਸ਼ੇਅਰ ਕਰ ਦਿਓ ਥੈਂਕ ਯੂ ਸੋ ਮਚ ਫੋਰ ਵਾਚਿੰਗ